ਲਕੀਰਾਂ ਦੇ ਪੰਨਿਆਂ ਤੇ ਜਾਂ ਪਰਮਾਤਮਾ ਦੀ ਕਰਮ ਜਲਦੀ ਹੈ ਪਰ ਉਹ ਵੀ ਹੋ ਜਾਂਦਾ ਹੈ ਜੋ ਅਸੀਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੇ। ਹਾਂ ਇਹ ਬਿਲਕੁਲ ਸੱਚ ਹੈ ਦੋਸਤੋ। ਮੈਂ ਅਰਸ਼ਪ੍ਰੀਤ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਬੀਵੜੀ ਵਿਖੇ 5ਵੀਂ ਜਮਾਤ ਦਾ ਵਿਦਿਆਰਥੀ ਹਾਂ। ਮੈਂ ਅੱਜ ਤੁਹਾਡੇ ਨਾਲ ਆਪਣੇ ਕੁਝ ਵਿਚਾਰ ਸਾਂਝੇ ਕਰਨ ਜਾ ਰਿਹਾ ਹਾਂ। ਮੇਰੇ ਬੋਲਣ ਦਾ ਵਿਸ਼ਾ ਹੈ ਜ਼ਿੰਦਗੀ ਇੱਕ ਆਸ। ਦੋਸਤੋ ਅੱਜ ਸੰਸਾਰ ਭਰ ਵਿੱਚ ਕਰੋਨਾ ਰੂਪੀ ਬਿਮਾਰੀ ਨੇ ਆਪਣਾ ਕਹਿਰ ਟਾਇਆ ਹੋਇਆ ਹੈ। ਸਾਰੀ ਮਨੁੱਖਤਾ ਖਤਰੇ ਵਿੱਚ ਪੈ ਗਈ ਜਾਪਦੀ ਹੈ। ਸਾਰੇ ਪਾਸੇ ਡਰ ਦਾ ਮਾਹੌਲ ਬਣਿਆ ਹੋਇਆ ਹੈ। ਸਾਨੂੰ ਇਸ ਮੁਸ਼ਕਿਲ ਦੀ ਘੜੀ ਵਿੱਚ ਆਪਣਾ ਆਤਮ ਵਿਸ਼ਵਾਸ ਬਣਾ ਕੇ ਰੱਖਣਾ ਚਾਹੀਦਾ ਹੈ ਅਤੇ ਆਸਾਵਾਦੀ ਸੋਚ ਰੱਖਣੀ ਚਾਹੀਦੀ ਹੈ। ਸਾਡਾ ਭਵਿੱਖ ਸਾਡੀ ਸੋਚ ਤੇ ਨਿਰਭਰ ਕਰਦਾ ਹੈ। ਜੇ ਆਈ ਪੱਤ ਝੜ ਤਾਂ ਫੇਰ ਕੀਏ, ਤੂੰ ਅਗਲੀ ਰੁੱਤ ਤੇ ਯਕੀਨ ਰੱਖ। ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾਂ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖ। ਇਹ ਇੱਕ ਸੰਕਟ ਦੀ ਘੜੀ ਹੈ ਪਰ ਯਕੀਨ ਰੱਖੋ ਕਾਲੀ ਰਾਤ ਵਾਂਗ ਇਹ ਵੀ ਗੁਜ਼ਰ ਜਾਵੇਗੀ ਅਤੇ ਸਾਨੂੰ ਬਹੁਤ ਕੁਝ ਸਿਖਾ ਕੇ ਜਾਵੇਗੀ। ਬਹੁਤ ਜਲਦੀ ਨਵੀਂ ਸਵੇਰ ਹੋਵੇਗੀ, ਨਵੀਂ ਸਵੇਰ ਇੱਕ ਆਮ ਦੀ ਤਰ੍ਹਾਂ ਲੈ ਕੇ ਆਵੇਗੀ। ਯਕੀਨ ਮੰਨੋ ਥੋੜ੍ਹੇ ਸਮੇਂ ਵਿੱਚ ਜੀਵਨ ਪਹਿਲਾਂ ਦੀ ਤਰ੍ਹਾਂ ਹੋ ਜਾਵੇਗਾ। ਜਜ਼ਬਾ ਰੱਖੋ ਹਰ ਪਲ ਜਿੱਤਣ ਦਾ, ਸਾਡੀ ਕਿਸਮਤ ਅਤੇ ਵਕਤ ਜ਼ਰੂਰ ਬਦਲੇਗਾ। ਥੋੜ੍ਹਾ ਸਮਾਂ ਹੋਰ ਸਾਨੂੰ ਆਪਣੇ ਘਰਾਂ ਦੇ ਅੰਦਰ ਰਹਿ ਕੇ ਇੱਕ ਨਾਗਰਿਕ ਫਰਜ਼ ਨਿਭਾਉਣਾ ਚਾਹੀਦਾ ਹੈ। ਆਪਣੀ ਅਤੇ ਦੂਸਰਿਆਂ ਦੀ ਸੁਰੱਖਿਅਤ ਲਈ ਇਹ ਬਹੁਤ ਜ਼ਰੂਰੀ ਹੈ। ਸਾਡੀ ਕੋਈ ਵੀ ਅਣਗਹੀਲੀ ਜੀ ਸਾਡੇ ਅਤੇ ਸਾਡੇ ਪਰਿਵਾਰ ਦਾ ਨੁਕਸਾਨ ਕਰ ਸਕਦੀ ਹੈ। ਬਹੁਤ ਜਲਦੀ ਨਵੀਂ ਸਵੇਰ ਹੋਵੇਗੀ ਅਤੇ ਜ਼ਿੰਦਗੀ ਪਹਿਲਾਂ ਦੀ ਤਰ੍ਹਾਂ ਹੋ ਜਾਵੇਗੀ। ਧੰਨਵਾਦ।